ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਹਲਕਾ ਖਡੂਰ ਸਾਹਿਬ ਵਿਖੇ ਭਰਵਾਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ। ਲੋਕ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਨਾਲ ਜੁੜ ਰਹੇ ਨੇ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਤੱਤਲ ਵਿਖੇ ਕਈ ਪਰਿਵਾਰ ਅੱਜ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਿਰੋਂ ਪਾਓ ਪਾ ਕੇ ਸਨਮਾਨਿਤ ਕੀਤਾ ਤੇ ਉਹਨਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। 1977 ਤੋਂ ਬਾਅਦ ਇਹ ਜਿਹੜਾ ਖਡੂਰ ਸਾਹਿਬ ਪਾਰਲੀਮੈਂਟ ਹਲਕਾ ਹੈ, ਪਹਿਲੀ ਵਾਰੀ ਕਾਂਗਰਸ ਵੱਲ ਜਾ ਰਿਹਾ ਔਰ ਲੋਕਾਂ ਵਿੱਚ ਬੜਾ ਉਤਸ਼ਾਹ ਆਇਆ। ਇਹਨਾਂ ਨੇ ਲੋਕਾਂ ਨੂੰ ਬੜਾ ਗੁੰਮਰਾਹ ਕੀਤਾ, ਪੰਥ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ, ਪਰ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਤਾਂ ਲੋਕਾਂ ਦੇ ਵਿੱਚ ਪੰਥ ਹੈ ਨੀਗਾ। ਇਹ ਅੱਜ ਕਦੇ ਡਿਊਟੀਆਂ ਦੇ ਮਗਰ ਪੈ ਜਾਂਦੇ ਆ, ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਦੇ ਰਾਜ ਵਿੱਚ ਹੁੰਦੀ ਰਹੀ ਆ। ਲੋਕ ਹੁਣ ਸਮਝ ਗਏ ਨੇ, ਲੋਕ ਸਮਝਦੇ ਆ ਜਿਨ੍ਹਾਂ ਲੋਕਾਂ ਨੂੰ ਜਿਹੜੀ ਪਾਰਟੀ ਨੂੰ ਇਹਨਾਂ ਨਵਾਂ ਹਲਕਿਆਂ ਦੇ ਵਿੱਚੋਂ ਉਮੀਦਵਾਰ ਹੀ ਕੋਈ ਨਹੀਂ ਲੱਭਿਆ, ਉਮੀਦਵਾਰ ਉਹਨਾਂ ਨੂੰ ਬੀਬੀ ਜਗੀਰ ਕੌਰ ਇੰਪੋਰਟ ਕਰਕੇ ਪਲਾਥਲ ਕਿਤੋਂ ਲੈ ਕੇ ਆਉਣੀ ਪਈ ਆ, ਉਹ ਲੋਕ ਸਾਡੇ ਨਾਲ ਇਲੈਕਸ਼ਨ ਕੀ ਕਰਨਗੇ। ਔਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਇਸ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਤੋਂ ਅਕਾਲੀ ਦਲ ਘੱਟੋ ਘੱਟ 2 ਲੱਖ ਵੋਟਾਂ ਨਾਲ ਹਰੇਗਾ ਔਰ ਕਾਂਗਰਸ ਪਾਰਟੀ ਜਿੱਤੇਗੀ। ਔਰ ਮੈਂ ਉਹਨਾਂ ਸਾਰੇ ਪਰਿਵਾਰਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਆ। ਲੋਕਾਂ 'ਚ ਬਹੁਤ ਜ਼ਿਆਦਾ ਖਿੱਚ ਆ, ਕਸ਼ਿਸ਼ ਆ, ਇੱਕ ਪਾਸੇ ਨਾਲ ਲੜਾਈ ਆ, ਸਾਨੂੰ ਕਿਸੇ ਗੱਲ ਦਾ ਕੋਈ ਪ੍ਰੋਬਲਮ ਨਹੀਂ। ਗਿੱਲ ਸਾਹਿਬ, ਇੱਕ ਬੀਤੀ ਦਿਨੀ ਜੀਓ ਜੀ ਵਾਲਿਆਂ ਨੇ ਇੱਕ ਨਿੱਜੀ ਜ਼ਮੀਨ ਦੇ ਝਗੜੇ ਕਾਰਨ ਥਾਣੇ ਗਾਰੇ ਮੋੜੇ ਧਰਨਾ ਲਾ ਕੇ ਉਹ ਕੀਤਾ ਜੀ, ਉਹਦੇ ਬਾਰੇ ਉਹ ਮਸਲਾ ਸੌਲਟ ਹੋ ਗਿਆ, ਉਹ ਮਸਲਾ ਸੌਲਟ ਹੋ ਗਿਆ, ਕੋਈ ਨਹੀਂ, ਗਲਤ ਫਹਿਮੀ ਸੋ ਠੀਕ ਹੋ ਗਈ, ਉਹ ਸਾਡੀ ਸਰਕਾਰ ਨੇ ਸਾਡੇ ਅਧਿਕਾਰੀ ਦੇ ਵਿੱਚ ਮੈਂ ਖਤਮ ਕਰਤਾ। ਪਿਛਲੀ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਸਾਡੀ ਕਾਂਗਰਸ ਪਾਰਟੀ ਦੇ ਨਾਲ 6-7 ਪਰਿਵਾਰ ਜੁੜੇ, 30-32 ਵੋਟਾਂ ਸਾਡੇ ਨਾਲ ਅੱਜ ਜੁੜੀਆਂ। ਅਸੀਂ ਬੜੇ ਕਿਸਮਤ ਵਾਲੇ ਗਿਣਦੇ ਆਪਣੀ ਸਰਕਾਰ ਨੂੰ, ਜੋ ਸਾਡੇ MP ਦੀ ਆਉਣ ਵਾਲੀ ਇਲੈਕਸ਼ਨ ਸਾਨੂੰ ਬਹੁਤ ਵੱਡਾ ਬਲ ਮਿਲਿਆ। ਅਸੀਂ ਵੱਧ ਤੋਂ ਵੱਧ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਰਹੀ ਹੈ MP ਦੀ, ਵੱਧ ਤੋਂ ਵੱਧ ਵੋਟਾਂ ਜਿਤਾ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ। ਜੋ MP ਦੀ ਇਲੈਕਸ਼ਨ ਆ ਰਹੀ ਹੈ, ਸਾਡੇ ਸਰਪੰਚ ਸਾਹਿਬ ਰਾਜਵਿੰਦਰ ਸਿੰਘ ਰਾਜਾ ਨੇ ਬਹੁਤ ਵੱਡਾ ਸਮਰਥਨ ਕਾਂਗਰਸ ਪਾਰਟੀ ਨੂੰ ਦਿੱਤਾ ਹੈ। ਇਸ ਵੱਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਂ ਵੀ ਇਸ ਪਿੰਡ ਦਾ ਵਸਨੀਕ ਹਾਂ, ਕਿਉਂਕਿ ਜੋ ਪਰਿਵਾਰ ਅੱਜ ਕਾਂਗਰਸ ਪਾਰਟੀ ਨਾਲ ਜੁੜਿਆ, ਇਹ ਬੜਾ ਸਦੀਆ ਪੁਰਾਣਾ ਅਕਾਲੀ ਪਰਿਵਾਰ ਸੀਗਾ। ਬੜਾ ਸਰਪੰਚ ਦੇ ਸਦਕਾ ਇਹ ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ। ਇਹਨਾਂ ਦਾ ਕਾਂਗਰਸ ਪਾਰਟੀ ਵੱਲੋਂ ਜੀਆ ਘਰ ਵਿੱਚ ਆਖਿਆ ਜਾਂਦਾ ਹੈ। ਹਰਮਿੰਦਰ ਸਿੰਘ ਗਿੱਲ ਨੇ ਇਹਨਾਂ ਨੂੰ ਸਾਰਿਆਂ ਨੂੰ ਸਿਰਪਾਓ ਪਾ ਕੇ ਧੰਨਵਾਦ ਕੀਤਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ। ਇਸ ਵੱਡੇ ਵੀਰ ਰਾਜਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਹਲਕਾ ਖਡੂਰ ਸਾਹਿਬ ਵੀ ਉਹਨਾਂ ਹਲਕਿਆਂ ਵਿੱਚੋਂ ਇੱਕ ਹਲਕਾ ਹੈ ਜੋ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚੋਲਾ ਸਾਹਿਬ ਤੋਂ ਭਗਤ ਸਿੰਘ, ਖਬਰ ਹਰਪਲ, ਇੰਡੀਆ ਲਈ।